ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਆਈ ਸ੍ਰੀ ਭਗਵਤੀ ਜੀ ਸਹਾਏ ਵਾਸਤਰੀ ਭਗਵਤੀ ਜੀ ਦੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਤ ਵਰਤੀ ਅਮਰਦਾਸ ਰਾਮਦਾਸਾਂ ਲਈ ਸਹਾਏ ਅਰਜੁਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈ ਹੈ ਜਿਸ ਸਿੱਖਿਆ ਸਭ ਤੁਧ ਜਾਏ ਏਕ ਬਹਾਦਰ ਸਿਮਰਿਆ ਘਰ ਨਾਉ ਨਿਜਾਵੈ ਧਾਈ ਸਭ ਥਾਈ ਹੋਏ ਸਹਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਸਭ ਥਾਈ ਹੋਣਾ ਜੀ ਸਹਾਈ ਸਭ ਥਾਈ ਹੋਣਾ ਜੀ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਤੇਰਾ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਦੇਖ ਵਾਹੀ ਦੇਖ ਸੁਣ ਕੇ ਅਨ ਡਿੱਠ ਕੀਤਾ ਤਿੰਨਾਂ ਪਿਆਰਾਂ ਸਚਿਆਰਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਮੂਹ ਸ਼ਹੀਦ ਸਿੰਘ ਸਿੰਘਣੀਆਂ ਭਚੰਗੀ ਬੱਚਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚੇਤਾਵੇ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇਗ ਦੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਬਖਸ਼ੋ ਜੀ ਆਪ ਜੀਆਂ ਦੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹੋ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਟਲ ਧਰਮ ਕਾ ਜੈ ਜੈਕਾਰ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਆਪ ਜੀਆਂ ਦੇ ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਮੱਤ ਪੱਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਾ ਗੁਰਧਾਮਾਂ ਦੇ ਜਿਨ੍ਹਾਂ ਤੋਂ ਆਪ ਜੀ ਦੇ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਸਮੂਹ ਗੁਰਦੁਆਰਿਆਂ ਦੀ ਸੇਵਾ ਸੰਭਾਲ ਦਰਸ਼ਨ ਦਾਰੇ ਆਪ ਜੀ ਦੇ ਖਾਲਸਾ ਜੀ ਨੂੰ ਬਖਸ਼ੋ ਏ ਨਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਧੰਨ ਧੰਨ ਬ੍ਰਹਮ ਗਿਆਨੀ ਪੁੱਤਰਾਂ ਦੇ ਦਾਨੀ ਬਾਬਾ ਬੁੱਢਾ ਸਾਹਿਬ ਜੀਓ ਆਪ ਜੀਆਂ ਦੇ ਅਸਥਾਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਹਜ਼ੂਰੀ ਅੰਦਰ ਅਰਦਾਸ ਬੇਨਤੀ ਜੋਲੜੀ ਹੈ ਸਤਿਗੁਰੂ ਜੀਓ ਆਪ ਜੀਆਂ ਦੇ ਦਰ ਘਰ ਦੇ ਸੇਵਕ ਸਰਦਾਰ ਸ਼ਕਿੰਦਰ ਸਿੰਘ ਉੱਪਲ ਅਤੇ ਬੀਬੀ ਸੁਖਵਿੰਦਰ ਕੌਰ ਉੱਪਲ ਉਹਨਾਂ ਦੇ ਬੇਟੇ ਪਵਨਪ੍ਰੀਤ ਸਿੰਘ ਦੇ ਸੰਯੋਗ ਭਾਈ ਹਰਬੰਤ ਸਿੰਘ ਧਾਰੀਵਾਲ ਅਤੇ ਬੀਬੀ ਰਮਨਜੋਤ ਕੌਰ ਧਾਲੀਵਾਲ ਅਤੇ ਉਹਨਾਂ ਦੀ ਬੇਟੀ ਬੰਦਨਾ ਕੌਰ ਧਾਲੀਵਾਲ ਦਾ ਸੰਯੋਗ ਹੋਇਆ ਹੈ ਮਹਾਰਾਜ ਇਸ ਵਕਤ ਦੋਨੋਂ ਪਰਿਵਾਰ ਮਹਾਰਾਜ ਮਿਲਣ ਵਾਸਤੇ ਦੋਨੋਂ ਪਰਿਵਾਰ ਖੜ੍ਹੇ ਨੇ
ਆਪ ਜੀ ਦੀ ਹਜ਼ੂਰੀ ਅੰਦਰ ਅਰਦਾਸ ਬੇਨਤੀ ਹੈ, ਦੋਨਾਂ ਹੀ ਪਰਿਵਾਰਾਂ ਨੂੰ ਮਹਿਲੀ ਕਰ ਦੀ ਆਗਿਆ ਬਖਸ਼ੋ ਮਹਾਰਾਜ, ਰਹਿੰਦੇ ਕਾਰਜਾਂ ਵਿੱਚ ਆਪ ਸੁਆਹੀ ਹੋ ਕੇ ਸਹਾਇਤਾ ਕਰਨੀ ਮਹਾਰਾਜ, ਮਹਿਲੀ ਤੋਂ ਉਪਰੰਤ ਮਹਾਰਾਜ ਆਪ ਜੀ ਦੀ ਹਜ਼ੂਰੀ ਅੰਦਰ ਆਨੰਦ ਕਾਰਜ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰਨੀ, ਕਿਰਪਾ ਕਰਨੀ, ਦੋਨਾਂ ਹੀ ਪਰਿਵਾਰਾਂ ਵਿੱਚ ਏਕਤਾ ਅਤਭਾਗ ਬਖਸ਼ਿਸ਼ ਕਰਨਾ, ਦੋਨਾਂ ਹੀ ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਆਪ ਜੀ ਦੀ ਸਿੱਖੀ ਅਤੇ ਨਾਮ ਬਣਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਦੋਨਾਂ ਹੀ ਪਰਿਵਾਰਾਂ ਨੂੰ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨਾ, ਨਾਮ ਬਣਦੀਆਂ ਦਾਤਾਂ ਦੇ ਕੇ ਨਿਹਾਲੋ ਨਿਹਾਲ ਕਰਨਾ, ਸੁੱਖ ਹੋਵੇ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Thank you.
Thank you.
ਬਸ ਗੱਲ ਤਾਂ ਹੁੰਦੀ ਨਹੀਂ। ਸਮੂਹ ਸੰਗਤ ਦੋਨੋਂ ਪਰਿਵਾਰ
ਜਿਹੜੀ ਲੰਬੇ ਸਮੇਂ ਤੋਂ ਉਡੀਕ ਸੀ ਕਿ ਕਦੋਂ ਬੱਚੇ ਜਵਾਨ ਹੋਣੇ ਨੇ, ਕਦੋਂ ਉਹਨਾਂ ਦਾ ਵਿਵਾਹ ਕਾਰਜ ਕਰਨਾ ਹੈ, ਘਰ ਵਿੱਚ ਖੁਸ਼ੀਆਂ ਆਉਣਗੀਆਂ, ਧਾਰਮਿਕ ਪਰਿਵਾਰ ਖੁੱਲ੍ਹਿਆ ਨਹੀਂ ਸੁਣਾਉਂਦਾ ਗੁਰੂ ਦੀ ਰਹਿਮਤ ਦਾ ਲਾਭ ਖੁਸ਼ੀਆਂ ਪਾਤਸ਼ਾਹ ਜਾਂ ਜੇ ਸਤਿਗੁਰੂ ਨਦਰ ਕਰੇ। ਅੱਜ ਗੁਰੂ ਨੇ ਦੋਨਾਂ ਪਰਿਵਾਰਾਂ ਦੀ ਝੋਲੀ ਵਿੱਚ ਖੁਸ਼ੀਆਂ ਦਾ ਸੋਨਾ ਬਖਸ਼ਿਸ਼ ਕੀਤਾ ਹੈ। ਵਿਵਾਹ ਕਾਰਜ ਕਰਾਉਣ ਦੇ ਲਈ ਅੱਜ ਗੁਰੂ ਦੀ ਹਜ਼ੂਰੀ ਸਾਰੀ ਸੰਗਤ ਪਹੁੰਚੀ ਹੈ। ਸਭਨਾਂ ਨੂੰ ਤਹਿ ਦਿਲੋਂ ਧੰਨਵਾਦ। ਆਨੰਦ ਕਾਰਜ ਦੀ ਪ੍ਰਮਤਾ ਹੈ, ਆਰੰਭ ਕਰਨ ਲੱਗੇ ਹਾਂ। ਇੱਕ ਦੋ ਬੇਨਤੀਆਂ ਨੇ, ਇੱਕ ਤਾਂ ਭਾਈ ਸਭਨਾਂ ਨੇ ਚੁੱਪ ਕਰਕੇ ਬੈਠਣਾ, ਚੁੱਪ ਦਾ ਦਰਬਾਰ ਸੁਣਨਾ। ਸਮੇਂ ਸਮੇਂ ਦੇ ਨਾਲ ਮੈਂ ਸੁਹਾਗ ਜੋੜੀ ਨੂੰ ਜਿੱਦਾਂ ਪ੍ਰਕਰਮਾ ਕਰਨੀ ਹੈ, ਕਦੋਂ ਉੱਠਣਾ ਹੈ, ਕਦੋਂ ਬੈਠਣਾ ਹੈ, ਮੈਂ ਆਪ ਹੀ ਸਮਝਾ ਦੇਣਾ। ਕਿਸੇ ਨੇ ਆ ਕੇ ਡਿਸਟਰਬਿੰਗ ਨਹੀਂ ਕਰਨੀ, ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਕਰਨੀ। ਜਿੱਦਾਂ ਜਿੱਦਾਂ ਵੀ ਆਨੰਦ ਕਾਰਜ ਕਰਨਾ, ਗੁਰਮਤ ਅਨੁਸਾਰ ਮੈਂ ਸਭ ਕੁਝ ਆਪ ਹੀ ਅਨਾਊਂਸ ਕਰ ਦੇਣਾ ਹੈਗਾ। ਆਪਾਂ ਗੁਰਮਤ ਅਨੁਸਾਰ ਹੀ ਆਨੰਦ ਕਾਰਜ ਸੰਪੂਰਨ ਕਰਨਾ ਹੈ। ਆਓ ਲਈਏ ਗੁਰੂ ਤੋਂ ਆਗਿਆ, ਕੀਤਾ ਲੋੜੀ ਹੈ ਕੰਮ ਸਵਾਲ ਪਿਆ ਕੀ ਹੈ, ਕਾਰਜ ਦੇ ਸਵਾਲ ਸਤਿਗੁਰੂ ਸਾਹਿਬ ਸਾਹਿਬ ਕੀਤਾ ਲੋੜੀ ਹੈ ਕੰਮ ਸਵਾਲ ਪਿਆ ਕੀ ਹੈ। ਜਾ ਹਰ ਰੰਗ
Thank you.
ਹੁਣ ਚਾਰ ਨਾਵਾਂ ਦਾ ਪਾਠ ਹੋਵੇਗਾ। ਸੋ ਅਰਜੁਨ ਨੂੰ ਬੇਨਤੀ ਹੈ ਕਿ ਜਿਸ ਵੇਲੇ ਪਹਿਲੀ ਨਾਮ ਦੀ ਬਾਣੀ ਸੰਪੂਰਨ ਹੋਣੀ ਹੈ, ਗੁਰੂ ਨਾਨਕ ਪਾਤਸ਼ਾਹ ਦਾ ਨਾਮ ਹੋਣਾ, ਜਿਸ ਤਰ੍ਹਾਂ ਜਗ ਰਹਿ ਹੈ ਨਾਮ ਦੇ ਪਿਲਾਰ ਦੀ ਤਰ੍ਹਾਂ ਪ੍ਰਕਾਰ ਦੇ ਵਿੱਚ ਆਇਆ। ਆਪ ਜੀ ਦੋਨੋਂ ਜੀ ਸਰਵ ਕਰੋਗੇ, ਦੋਨੋਂ ਮੱਥਾਂ ਦੀ ਕੀਰਤਨਾ ਹੈ, ਪਹਿਲੇ ਪਾਸੇ ਦੀ ਪ੍ਰਕਰਮਾ ਆਰੰਭ ਕਰਦੀ ਹੈ, ਜਲਦਬਾਜ਼ੀ ਨਹੀਂ ਕਰਨੀ। ਬੜੇ ਪਿਆਰ ਅਰਧ ਸਰਕਾਰ ਦੇ ਨਾਲ ਆਪ ਜੀ ਨੇ ਚਾਰ ਨਾਮਾਂ ਦੀ ਚਾਰ ਪ੍ਰਕਰਮਾ ਕਰਨੀ ਹੈ। ਅਗਰ ਜੇ ਨਾਮ ਪਤਾ ਲੱਗੇ ਸਾਡੇ ਵੱਲ ਜਾਂ ਗੁਰੂ ਘਰ ਦੇ ਗ੍ਰੰਥੀ ਸਿੰਘ ਵੱਲ ਨਜ਼ਰ ਰੱਖੀ, ਜਦੋਂ ਤੁਹਾਨੂੰ ਇਸ਼ਾਰਾ ਕੀਤਾ ਜਾਏ, ਦੋਵਾਂ ਜੀਆਂ ਨੇ ਮੱਥਾ ਟੇਕ ਕੇ ਉੱਠਣਾ ਹੈਗਾ ਅਤੇ ਪਹਿਲੇ ਪਾਸੇ ਦੀ ਪ੍ਰਕਰਮਾ ਆਰੰਭ ਕਰਨੀ ਹੈ, ਜਲਦਬਾਜ਼ੀ ਨਹੀਂ ਕਰਨੀ, ਆਪ ਗੁਰੂ ਦੀ ਬਾਣੀ ਸਰਵਣ ਕਰੀਏ ਜੀ। Yeah.
ਆਹ
Let's get one picture. Where's your uncle? This way? Is that just about? Yeah, sure. I don't know what's going on now. Yo, they made me do that shit and discuss. The? Yeah. Should we chop a little? I didn't check it, I didn't make it. Bro, it was a whole meal. It was a whole meal. Yeah, deep breath, Tyler. You're on the
for you. You want me to go last in your car? That's okay, she can deal with the farts, bro. I have two in the car. Two in the car. I have a deal. He's rolling in money. Where'd you have the money from? Drip. ਹਾਂਜੀ ਅੰਕਲ ਜੀ ਬੱਲਾ ਫੜਾ ਕੇ ਖੜੇ ਕਰ ਦੋ ਦੋਨੋਂ ਆਂਟੀ ਖਮ ਵਿਦਮ ਐਂਡ ਦੈਨ ਯੂ ਗਾਇਸ ਜਸਟ ਗੈਟ ਅਪ ਯਾ ਐਂਡ ਸਨੀ ਕੈਨ ਵੀ ਕਲੀਅਰ ਦਿਸ ਪਾਥ ਯੈਸ Go there. Yeah.
Okay. Vandana, you want to say bye here? Rodney, look at Jack, he's just picking up the money. ਸਮਾਨ ਆਉਂਦਾ ਨਾ ਦੋ ਮਿੰਟ